ਪੰਜਾਬ ਦੀ ਨਵੀਂ ਸਰਕਾਰ ਦੇ ਲਈ ਇੱਕ ਹੋਰ ਵੱਡਾ ਇਮਤਿਹਾਨ ਸਾਹਮਣੇ ਖੜਾ ਹੈ ਸਤਸ੍ਰੀਆਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮ ਟਾਈਮ ਦੇ ਨਾਲ ਮਹਿਰ ਸ਼ਰਨ ਕੌਰ ਪੰਜਾਬ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਾਰੇ ਬੰਦੋਬਸਤ ਮੁਕੰਮਲ ਹੋਣ ਦਾ ਭਰੋਸਾ ਦਿੰਦੇ ਆ ਕਿਸਾਨਾਂ ਨੂੰ ਨਿਸ਼ਚਿੰਤ ਹੋ ਕੇ ਝੋਨੇ ਦੀ ਲਵਾਈ ਸ਼ੁਰੂ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਪਿਛਲੇ ਸਮੇਂ ਦੌਰਾਨ ਚੋਨੇ ਦੀ ਲੁਆਈ ਤੇ ਹਾੜੀ ਅਤੇ ਸੋਣੀ ਦੀ ਚੁਕਾਈ ਸਰਕਾਰਾਂ ਦੇ ਲਈ ਵੱਡੀ ਪਰਖਿਆ ਬਣਦੀ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਚ ਵਿੱਚ ਬਣੀ ਸੀ ਤੇ ਹਾੜੀ ਦੀ ਫਸਲ ਦੀ ਸਾਮ ਸੰਭਾਲ ਇੱਕ ਮਹੀਨੇ ਬਾਅਦ ਅਪ੍ਰੈਲ ਦੇ ਵਿੱਚ ਸਿਰ ਤੇ ਆਪਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤਾਂ ਆਈਆਂ ਪਰ ਖੱਜਲ ਖੁਆਰੀ ਪਹਿਲਾਂ ਦੇ ਨਾਲੋਂ ਦੇ ਘਟ ਨਹੀਂ ਤਾਂ ਵੱਧ ਵੀ ਨਹੀਂ ਹੋਈ ਸਰਕਾਰ ਕੋਲ ਸਮਾਵੀ ਘਟ ਸੀ ਤਜਰਬੇ ਦੀ ਵੀ ਘਾਟ ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅਤੇ ਭਾਰਤ ਪੋਸ਼ਣ ਆਸ਼ੂ ਲੇਬਰ ਅਤੇ ਚੁਕਾਈ ਦੇ ਠੇਕਿਆਂ ਵਿੱਚ ਸੈਂਕੜੇ ਕਰੋੜਾਂ ਨਾਲ ਜੇਬਾਂ ਭਰਨ ਦੇ ਦੋਸ਼ਾਂ ਵਿੱਚ ਹੁਣ ਘਿਰ ਗਏ ਨੇ ਬਿਜਲੀ ਵਿਭਾਗ ਦਾ ਦਾਵਾ ਹੈ ਕਿ 8 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਅਸੀਂ ਟੁੱਟਣ ਨਹੀਂ ਦੇਵਾਂਗੇ ਜਦਕਿ ਖੇਤੀਬਾੜੀ ਵਿਭਾਗ ਨੇ ਯੂਰੀਆ ਤੇ ਝੋਨੇ ਦੀ ਕਿੱਲਤ ਨਾ ਆਉਣ ਦਾ ਭਰੋਸਾ ਦਿੱਤਾ ਹੈ ਇਸ ਸਾਲ ਝੋਨੇ ਹੇਠਲਾ ਰਕਬਾ 29 ਲੱਖ ਹੈਕਟੇਅਰ ਮਿਥਿਆ ਗਿਆ ਇਹਦੇ ਵਿੱਚੋਂ 6.5 ਲੱਖ ਹੈਕਟੇਅਰ ਦੇ ਵਿੱਚ ਬਾਸਮਤੀ ਲਾਈ ਜਾਣੀ ਹੈ 1 ਲੱਖ ਹੈਕਟੇਅਰ ਦੇ ਵਿੱਚ ਸਿੱਧੀ ਬਿਜਾਈ ਹੋ ਚੁੱਕੀ ਹੈ ਹਾਲਾਂਕਿ ਸਰਕਾਰ ਨੇ ਇਸ ਤੋਂ ਕਈ ਗੁਣਾ ਵੱਧ ਰਕਬਾ ਮਿਥਿਆ ਸੀ ਇਸ ਵਾਰੀ ਝੋਨੇ ਦੀ ਲੁਆਈ ਦੋ ਗੇੜਾਂ ਦੇ ਵਿੱਚ ਸ਼ੁਰੂ ਹੋ ਰਹੀ ਹੈ ਮਾਲਵੇ ਦੇ ਵਿੱਚ ਝੋਨੇ ਦੀ ਲੁਆਈ 17 ਜੂਨ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਸਰਕਾਰ ਨੇ ਦਿੱਤੀ ਹੈ ਹਾਲਾਂਕਿ ਕਈ ਥਾਵਾਂ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਕਈ ਥਾਵਾਂ ਤੇ ਕਿਸਾਨਾਂ ਨੇ ਪਹਿਲਾਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ ਤੇ ਦੁਆਬੇ ਦੇ ਵਿੱਚ 14 ਜੂਨ ਯਾਨੀ ਕਿ ਅੱਜ ਤੋਂ ਸ਼ੁਰੂ ਹੋਈ ਹੈ ਕਮਾਂਤਰੀ ਸਰਹੱਦ ਦੇ ਲਾਗੇ ਕੰਡਿਆਲੀ ਤਾਰ ਤੋਂ ਪਰੇ ਝੋਨੇ ਦੀ ਲੁਆਈ 10 ਜੂਨ ਤੋਂ ਹੀ ਸ਼ੁਰੂ ਹੋ ਗਈ ਸੀ ਵਾਲੇ ਇਲਾਕਿਆਂ ਦੇ ਵਿੱਚ 97 ਪਿੰਡਾਂ ਨੂੰ ਵੀ ਝੋਨੇ ਦੀ ਅਗੇਤੀ ਲੁਆਈ ਦੀ ਛੋਟ ਦਿੱਤੀ ਗਈ ਸੀ ਤੇ ਜਦੋਂ ਝੋਨੇ ਦੀ ਲੁਆਈ ਦਾ ਕੰਮ ਸਿਖਰਾਂ ਦੇ ਉੱਤੇ ਹੋਵੇਗਾ ਤਾਂ ਬਿਜਲੀ ਦੀ ਮੰਗ ਵਧ ਕੇ 15000 ਮੈਗਾਵਾਟ ਨੂੰ ਪਹੁੰਚ ਜਾਵੇਗੀ ਇਹਦੇ ਵਿੱਚੋਂ ਖੇਤੀ ਖੇਤਰ ਦੇ ਟਿਊਬਵੱਲਾਂ ਵਾਸਤੇ ਹਰ ਰੋਜ਼ 5000 ਮੈਗਾਵਾਟ ਦੀ ਖਪਤ ਹੋਵੇਗੀ ਜਦਕਿ 10000 ਮੈਗਾਵਾਟ ਘਰੇਲੂ ਸਪਲਾਈ ਪੂਰੀ ਕਰਨ ਦੇ ਲਈ ਵਰਤੀ ਜਾਵੇਗੀ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਕਹਿੰਦੇ ਨੇ ਕਿ ਪੰਜਾਬ ਨੂੰ 15 ਲੱਖ ਟਨ ਯੂਰੀਆ ਦੀ ਲੋੜ ਹੈ ਉਹਨਾਂ ਕੋਲੇ ਸਟਾਕ ਪਿਆ ਹੈ ਖੇਤੀ ਪੜੀ ਵਿਭਾਗ ਵੱਲੋਂ ਸੰਯੁਕਤ ਡਾਇਰੈਕਟਰ ਰੈਂਕ ਦੇ ਅਫਸਰ ਦੀ ਅਗਵਾਈ ਹੇਠ ਨਿਗਰਾਨ ਟੀਮਾਂ ਫੀਲਡ ਵਿੱਚ ਭੇਜੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਸਿੰਚਾਈ ਵਿਭਾਗ ਨੂੰ ਵੀ ਨਹਿਰਾਂ ਦੇ ਵਿੱਚ ਪਾਣੀ ਛੱਡਣ ਦੇ ਹੁਕਮ ਦਿੱਤੇ ਗਏ ਨੇ ਪੰਜਾਬ ਦਾ 30% ਦੀ ਕਿਸਾਨ ਨਹਿਰੀ ਪਾਣੀ ਦੇ ਸਿਰ ਤੇ ਫਸਲ ਪਾਲਦਾ ਜਦਕਿ 70% ਨੂੰ ਧਰਤੀ ਹੇਠਲੇ ਪਾਣੀ ਦੀ ਲੋੜ ਪੈਂਦੀ ਹੈ ਸੂਬਾ ਭਰ ਦੇ ਵਿੱਚ 14 ਲੱਖ ਟਿਊਬਵੈਲ ਖੇਤੀ ਖੇਤਰ ਦੇ ਵਿੱਚ ਲਾਏ ਗਏ ਨੇ ਤੇ ਉਧਰ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਪਰਖ ਤਾਂ 17 ਜੂਨ ਤੋਂ ਸ਼ੁਰੂ ਹੋਏਗੀ ਜਦੋਂ ਪੰਜਾਬ ਦੇ ਵਿੱਚ ਚੋਨੇ ਦੀ ਲਵਾਈ ਵੀ ਚੱਲੇਗੀ ਤੇ ਗਰਮੀ ਵੀ ਸਿਖਰਾਂ ਤੇ ਹੋਏਗੀ ਤੇ ਇੰਨੀ ਦਿਨੀ ਵੀ ਗਰਮੀ ਹੈ ਜਿਹੜੀ ਉਹਨੇ ਪੂਰੀ ਤਰ੍ਹਾਂ ਆਤਮਚਾਰ ਰੱਖੀ ਹੈ ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ 15 ਜੂਨ ਤੋਂ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ 15 16 17 ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਬਦਲ ਸਕਦਾ ਹੈ ਪਰ ਹਾਲ ਦੀ ਘੜੀ ਬਹੁਤ ਜ਼ਿਆਦਾ ਗਰਮੀ ਹੈ ਕਾਰਪੋਰੇਸ਼ਨ ਮੁਤਾਬਕ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਾਰੀ ਸੂਬੇ ਤੋਂ ਬਿਜਲੀ ਲੈਣ ਵਾਸਤੇ ਟ੍ਰਾਂਸਮਿਸ਼ਨ ਸਮਰੱਥਾ ਨੂੰ ਪਿਛਲੇ ਸੀਜ਼ਨ ਦੇ ਮੁਕਾਬਲੇ 7100 ਤੋਂ ਵਧਾ ਕੇ 8500 ਮੀਗਾਵਾਟ ਕੀਤਾ ਗਿਆ ਜਦਕਿ ਬਾਕੀ ਪ੍ਰਬੰਧ ਸੂਬਾ ਆਪਣੇ ਪੱਧਰ ਤੇ ਕਰੇਗਾ ਕਾਰਪੋਰੇਸ਼ਨ ਦੇ ਵੱਲੋਂ ਇਸ ਵਾਰੀ ਬਲਾਕ ਪੱਧਰ ਤੱਕ ਬਿਜਲੀ ਦੀ ਵੰਡ ਦੀ ਸਮਾਸਾਰਣੀ ਕਿਸਾਨਾਂ ਤੱਕ ਪਹੁੰਚਦੀ ਕੀਤੀ ਗਈ ਹੈ ਇੱਕ ਬਲਾਕ ਦੇ ਵਿੱਚ ਵੱਖ-ਵੱਖ ਸਮੇਂ 8-8 ਘੰਟੇ ਦੀ ਬਿਜਲੀ ਸਪਲਾਈ ਪੂਰੀ ਦਿੱਤੀ ਜਾਊਗੀ ਬਲਾਕ ਦੇ ਇੱਕ ਹਿੱਸੇ ਨੂੰ ਬਿਜਲੀ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਦੂਸਰੇ ਨੂੰ ਦੁਪਹਿਰ 3 ਤੋਂ ਰਾਤ 11 ਵਜੇ ਤ ਨੂੰ ਰਾਤ 11 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਬਿਜਲੀ ਦੀ ਸਪਲਾਈ ਮਿਲੇਗੀ ਤੇ ਪੰਜਾਬ ਸਰਕਾਰ ਨੇ ਝੋਨੇ ਦੀ ਰਵਾਇਤੀ ਬਿਜਾਈ ਤੋਂ ਇਲਾਵਾ ਸਿੱਧੀ ਬਿਜਾਈ ਦੇ ਲਈ 12 ਲੱਖ ਹੈਕਟੇਰ ਰਕਬਾ ਮਿਥਿਆ ਸੀ ਪਰ ਕਿਸਾਨਾਂ ਨੇ ਕੋਈ ਬਹੁਤੀ ਦਿਲਚਸਪੀ ਇਸ ਵਾਰੀ ਨਹੀਂ ਦਿਖਾਈ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵੱਲੋਂ 1 ਲੱਖ ਹੈਕਟੇਅਰ ਦੇ ਵਿੱਚ ਤਾਂ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ ਜਦਕਿ ਅਣਅਧਿਕਾਰਿਤ ਸੂਤਰ 76 ਹਜ਼ਾਰ ਏਕੜ ਦੱਸਦੇ ਨੇ ਅਸਲ ਦੇ ਵਿੱਚ ਕਿਸਾਨਾਂ ਦਾ ਕਰੋਨਾ ਕਾਲ ਵੇਲੇ ਸਿੱਧੀ ਬਿਜਾਈ ਦੇ ਨਾਲ ਤਜਰਬਾ ਥੋੜਾ ਮਾੜਾ ਰਿਹਾ ਹੈ ਕਿਸਾਨਾਂ ਨੇ ਮਜ਼ਦੂਰਾਂ ਦੀ ਕਿੱਲਤ ਦੇ ਡਰੋਂ ਲੱਖਾਂ ਹੈਕਟੇਅਰ ਏਕੜ ਛੋਣੇ ਦੀ ਸਿੱਧੀ ਬਿਜਾਈ ਕਰ ਦਿੱਤੀ ਸੀ ਪਰ ਬੀਜ ਨਕਲੀ ਨਿਕਲੇ ਤਾਂ ਖੇਤ ਵਾਹਣੇ ਪੈ ਗਏ ਦੁਬਾਰਾ ਲਵਾਈ ਤੇ ਦੁੱਗਣਾ ਖਰਚਾ ਕਿਸਾਨਾਂ ਦਾ ਹੋ ਗਿਆ ਸੀ ਕਈ ਕਿਸਾਨ ਇਹ ਵੀ ਦਲੀਲ ਦਿੰਦੇ ਨੇ ਕਿ ਸਿੱਧੀ ਬਿਜਾਈ ਦੇ ਨਾਲ ਨਾ ਪਾਣੀ ਦੀ ਬਚਤ ਦੀ ਨਾਹੀਂ ਲਾਗਤ ਘਟਦੀ ਹੈ ਹਾਲਾਂਕਿ ਕਈ ਕਿਸਾਨ ਇਹ ਵੀ ਕਹਿੰਦੇ ਨੇ ਕਿ ਬਹੁਤ ਫਾਇਦਾ ਹੁੰਦਾ ਹੈ ਹਾਲਾਂਕਿ ਕਈ ਕਿਸਾਨ ਇਸ ਨੂੰ ਲਾਹੇਵੰਦ ਵੀ ਮੰਨਦੇ ਨੇ ਤੇ ਜ਼ਿਆਦਾਤਰ ਕਿਸਾਨ ਸਰਕਾਰ ਦੀ ਗੱਲ ਵੱਲ ਕੰਨ ਧਰਨ ਨੂੰ ਐਤਕੀ ਨਹੀਂ ਤਿਆਰ ਹੋਏ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਫਾਇਦਾ ਨਹੀਂ ਹੋਣ ਵਾਲਾ ਜਿਹੜੇ ਪਹਿਲਾਂ ਨੁਕਸਾਨ ਖਾ ਚੁੱਕੇ ਨੇ ਵਿਰਲੇਟਾ ਵਿੱਚ ਕਿਸਾਨਾਂ ਨੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਤਰੀਕਾਂ ਤੋਂ ਪਹਿਲਾਂ ਵੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਮਾਨਸਾ ਦੀ ਅਸੀਂ ਤੁਹਾਨੂੰ ਗੱਲ ਪਹਿਲਾਂ ਹੀ ਦੱਸੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਜਦੋਂ ਕਿਸਾਨਾਂ ਨੇ ਝੋਨਾ ਮਿੱਥੇ ਸਮੇਂ ਤੋਂ ਪਹਿਲਾਂ ਲਾਉਣਾ ਸ਼ੁਰੂ ਕੀਤਾ ਤਾਂ ਮਾਨਸਾ ਦੇ ਖੇਤੀਬਾੜੀ ਅਧਿਕਾਰੀ ਨੇ ਕਹਿ ਦਿੱਤਾ ਸੀ ਕਿ ਜਿਹੜਾ ਵੀ ਝੋਨਾ ਪਹਿਲਾਂ ਲਾਉ ਉਹ ਸੀ ਜਾ ਕੇ ਵਾ ਦੇਾਂਗੇ ਕਿਸਾਨਾਂ ਨੇ ਵੀ ਕਹਿ ਦਿੱਤਾ ਜੱਥੇਬੰਦੀਆਂ ਦੇ ਪਿੱਠ ਥਾਪੜਨ ਤੋਂ ਬਾਅਦ ਕਿ ਤੁਸੀਂ ਆ ਜਿਓ ਅਸੀਂ ਦੇਖ ਲਾਂਗੇ ਕੀ ਕਰਨਾ ਸਰਕਾਰ ਨੇ ਚੋਣੇ ਦੀ ਲਵਾਈ ਦੇ ਲਈ ਪੰਜਾਬ ਨੂੰ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਤਿੰਨ ਦਿਨਾਂ ਬਾਅਦ 17 ਜੂਨ ਤੋਂ ਬਠਿੰਡਾ ਬਰਨਾਲਾ ਫਰੀਦਕੋਟ ਮੁਕਸਰ ਪਟਿਆਲਾ ਸੰਗਰੂਰ ਮਾਨਸਾ ਮੋਗਾ ਫਾਜ਼ਿਲਕਾ ਮਲੇਰਕੋਟਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਜਾਏਗੀ ਚੋਣੇ ਦੀ ਲਵਾਈ ਮਾਝੇ ਤੇ ਦੁਆਬੇ ਦੇ ਵਿੱਚ ਤਾਂ ਚੋਣੇ ਦੀ ਲਵਾਈ ਨੇ ਜ਼ੋਰ ਫੜ ਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੀ ਲੁਆਈ ਸ਼ੁਰੂ ਹੋਣ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੂੰ ਬੰਦੋਬਸਤਾਂ ਦੇ ਵਿੱਚ ਢਿੱਲ ਨਾ ਆਉਣ ਦੇਣ ਲਈ ਤਾੜਿਆ ਹੈ ਤੇ ਪਹਿਲੀ ਵਾਰ ਹੀ ਹੈ ਜਦੋਂ ਪੰਜਾਬ ਸਰਕਾਰ ਇਮਤਿਹਾਨ ਦੇ ਵਿੱਚ ਪੂਰੀ ਤਿਆਰੀ ਕਰਕੇ ਬੈਠ ਰਹੀ ਹੈ ਦਾਵਾ ਕਰ ਰਹੀ ਹੈ ਹਾਲ ਦੀ ਘੜੀ ਨਤੀਜੇ ਵਧੀਆ ਆਉਣ ਦੀ ਉਮੀਦ ਲਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਹਦੇ ਵਿੱਚ ਬਾਬਾ ਦਿਲਚਸਪੀ ਦਿਖਾ ਰਹੇ ਨੇ ਅਤੇ ਖੁਦ ਐਨੇ ਗੰਭੀਰ ਅਤੇ ਜ਼ਿੰਮੇਵਾਰ ਦਿਖ ਰਹੇ ਨੇ ਕਿ ਐਤ ਕੀ ਸਾਰਾ ਕੁਝ ਠੀਕ ਹੋਣ ਦੀ ਸੰਭਾਵਨਾ ਲੱਗ ਰਹੀ ਹੈ ਹਾਲਾਂਕਿ ਜਿਹੜਾ ਕਿਸਾਨਾਂ ਦਾ ਦਬਕਾ ਹੈ ਉਹ ਵੀ ਸਰਕਾਰ ਤੇ ਕਿਸੇ ਪੱਖੋਂ ਘੱਟ ਨਹੀਂ ਹੈ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਵੀ ਆਪਣੇ ਆਪ ਦੀ ਜ਼ਿੰਮੇਵਾਰੀ ਦੱਸਦੇ ਨੇ ਤੇ ਦੂਸਰਾ ਕਿਸਾਨਾਂ ਦਾ ਵੀ ਦਬਾਅ ਹੈ ਆਸ ਕਰਦੇ ਹਾਂ ਕਿ ਐਤ ਕੀ ਝੋਨੇ ਦਾ ਸੀਜ਼ਨ ਚੰਗਾ ਨਿਕਲ ਜਾਊਗਾ ਪ੍ਰਾਈਮ ਟਾਈਮ ਦੇਖਣ ਵਾਲੇ ਦਰਸ਼ਕਾਂ ਦਾ ਧੰਨਵਾਦ